ਅਜੀਤ ਵੈੱਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਦੋਸਤੋ ਪ੍ਰੋਗਰਾਮ ਸ਼ੌਕ ਆਪੋ ਆਪਣੇ ਲੈ ਕੇ ਹਾਜ਼ਰ ਹਾਂ। ਹਰ ਬੰਦੇ ਦੇ ਆਪੋ ਆਪਣੇ ਸ਼ੌਕ ਹੁੰਦੇ ਨੇ, ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ, ਸਿਆਣੇ ਸੱਚ ਕਹਿੰਦੇ ਨੇ। ਪਰ ਜੇਕਰ ਇਹ ਗੱਲ ਕਰੀਏ ਕਿ ਭਾਰਤ ਨੂੰ ਕਿਸੇ ਵੇਲੇ ਸੋਨੇ ਦੀ ਚਿੜੀ ਕਹਿੰਦੇ ਸੀ ਤਾਂ ਮਨ ਦੇ ਵਿੱਚ ਇੱਕ ਗੱਲ ਇਹ ਜ਼ਰੂਰ ਆਉਂਦੀ ਆ ਕਿ ਭਾਰਤ ਹੈ ਤਾਂ ਅੱਜ ਵੀ ਸੋਨੇ ਦੀ ਚਿੜੀ, ਪਰ ਇਹ ਚਿੜੀ ਕੁਝ ਕੁ ਲੋਕਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ। ਪਿੱਛੇ ਜੇ ਇੱਕ ਰਿਪੋਰਟ ਆਈ ਸੀ ਕਿ ਦੁਨੀਆ ਭਰ ਦੀਆਂ ਸੋਨੇ ਦੀਆਂ ਖਾਣਾਂ ਦੇ ਵਿੱਚੋਂ ਹਰ ਸਾਲ 2500 ਟਨ ਸੋਨਾ ਕੱਢਿਆ ਜਾਂਦਾ ਹੈ, ਇਹਦੇ ਵਿੱਚੋਂ ਸਿਰਫ ਅਤੇ ਸਿਰਫ 39% ਯਾਨੀ ਕਿ 39% ਭਾਰਤੀ ਲੋਕਾਂ ਵੱਲੋਂ ਖਰੀਦ ਲਿਆ ਜਾਂਦਾ ਹੈ। ਭਾਰਤ ਦੇ ਲੋਕ ਗਹਿਣਿਆਂ ਦੇ ਬੜੇ ਸ਼ੌਕੀਨ ਨੇ ਅਤੇ ਜਿਹੜੇ ਲੋਕ ਸਰਦੇ ਪੁੱਜਦੇ ਨੇ ਉਹ ਤਾਂ ਇਨਵੈਸਟਮੈਂਟ ਕਰਨ ਦੇ ਲਈ ਵੀ ਸੋਨਾ ਰੱਖ ਲੈਂਦੇ ਨੇ। 52% ਸੋਨੇ ਦੀ ਵਰਤੋਂ ਭਾਰਤ ਦੇ ਵਿੱਚ ਗਹਿਣਿਆਂ ਲਈ ਕੀਤੀ ਜਾਂਦੀ ਹੈ, 31% ਵਰਤੋਂ ਇਨਵੈਸਟਮੈਂਟ ਲਈ ਕੀਤੀ ਜਾਂਦੀ ਹੈ ਅਤੇ ਬਾਕੀ ਸੋਨਾ ਵੱਖ ਵੱਖ ਹੋਰ ਕੰਮਾਂ ਲਈ ਵਰਤਿਆ ਜਾਂਦਾ ਹੈ। ਪਰ ਜੇਕਰ ਸੋਨੇ ਦੇ ਪਿਆਰ, ਦੁਲਾਰ ਅਤੇ ਮਹੱਤਤਾ ਦੀ ਗੱਲ ਕਰੀਏ ਪੰਜਾਬ ਨਾਲ ਜੋੜ ਕੇ, ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਸੋਨੇ ਦੀ ਵਰਤੋਂ ਆਪਣੇ ਮਨ ਨੂੰ ਤਸੱਲੀ ਦੇਣ ਦੇ ਲਈ, ਖੁਸ਼ੀ ਦੇ ਖੇੜੇ ਦੇ ਲਈ, ਚਾਹ ਦੇ ਲਈ, ਮਲਾਰ ਦੇ ਲਈ ਜਾਂ ਨਵੇਂ ਰਿਕਾਰਡ ਪੈਦਾ ਕਰਨ ਦੇ ਲਈ ਵਰਤਦੇ ਨੇ। ਗੁਰੂ ਕੀ ਨਗਰੀ ਅੰਮ੍ਰਿਤਸਰ, ਜਿਹਨੂੰ ਅਸੀਂ ਸਿਫਤੀ ਦੇ ਘਰ ਦੇ ਰੂਪ ਵਿੱਚ ਵੀ ਜਾਣਦੇ ਹਾਂ, ਅਤੇ ਅੰਮ੍ਰਿਤਸਰ ਦੀ ਮਹਿਮਾ ਕਰਦਿਆਂ ਅਸੀਂ ਬੜਾ ਕੁਝ ਆਪਣੇ ਜ਼ਿਹਨ ਦੇ ਵਿੱਚ ਲੈ ਆਉਂਦੇ ਹਾਂ। ਉੱਥੋਂ ਦਾ ਇੱਕ ਨੌਜਵਾਨ ਹੈ ਗੁਰਮੀਤ ਸਿੰਘ, ਜਿਹਨੇ ਦੀਵਾਲੀ ਦੇ ਮੱਦੇਨਜ਼ਰ ਇੱਕ ਕਮਾਲ ਦੀ ਗੱਲ ਕੀਤੀ ਹੈ। ਦੁਨੀਆ ਦਾ ਸਭ ਤੋਂ ਛੋਟਾ ਸੋਨੇ ਦਾ ਦੀਵਾ ਬਣਾਇਆ ਹੈ, ਸੁਨਿਆਰ ਦਾ ਕੰਮ ਕਰਨ ਵਾਲਾ ਇਹ ਨੌਜਵਾਨ ਸੱਚੀ ਮੁੱਚੀ ਬੜਾ ਹੀ ਵੱਡੀ ਮੱਲ ਮਾਰ ਚੁੱਕਿਆ ਹੈ ਅਤੇ ਇਹਦੇ ਬਾਬਤ ਗੱਲਬਾਤ ਕਰਦਿਆਂ ਬੜਾ ਕੁਝ ਜ਼ਿਹਨ ਦੇ ਵਿੱਚ ਆ ਜਾਂਦਾ ਹੈ। ਆਪਣੇ ਸ਼ੌਕ ਦੇ ਲਈ ਇਨਸਾਨ ਕੁਝ ਵੀ ਕਰ ਗੁਜ਼ਰਦਾ ਹੈ, ਇਹੋ ਜਿਹਾ ਹੀ ਕੁਝ ਕਰ ਦਿਖਾਇਆ ਹੈ ਅੰਮ੍ਰਿਤਸਰ ਦੇ ਗੁਰਮੀਤ ਸਿੰਘ ਨੇ। ਗੁਰਮੀਤ ਸਿੰਘ ਨੇ ਦੁਨੀਆ ਦਾ ਸਭ ਤੋਂ ਛੋਟਾ ਸੋਨੇ ਦਾ ਦੀਵਾ ਬਣਾਇਆ ਹੈ। ਅੰਮ੍ਰਿਤਸਰ ਦੀ ਦੀਵਾਲੀ ਬਹੁਤ ਮਸ਼ਹੂਰ ਹੈ, ਇਸ ਲਈ ਗੁਰਮੀਤ ਸਿੰਘ ਨੇ ਦੀਵਾਲੀ 'ਤੇ ਸਭ ਤੋਂ ਛੋਟਾ ਦੀਵਾ ਬਣਾਇਆ ਹੈ। ਇਹ ਸਿਰਫ 1 ਮਿਲੀਮੀਟਰ ਆਕਾਰ ਦਾ ਹੈ। ਗੁਰਮੀਤ ਸਿੰਘ ਸੁਨਿਆਰ ਦਾ ਕੰਮ ਕਰਦਾ, ਪਰ ਉਸ ਦੇ ਸ਼ੌਕ ਜੱਗ ਨਾਲੋਂ ਵੱਖਰੇ ਨੇ ਅਤੇ ਉਹ ਕਹਿੰਦਾ ਹੈ ਕਿ ਇਹ ਸ਼ੌਕ ਪੁਗਾ ਕੇ ਮੇਰੇ ਮਨ ਨੂੰ ਅਜੀਬ ਜਿਹਾ ਸਕੂਨ ਮਿਲਦਾ ਹੈ, ਮੇਰੇ ਮਨ ਨੂੰ ਬੜੀ ਤਸੱਲੀ ਹੁੰਦੀ ਹੈ। ਇਹ ਹੈ ਅੰਮ੍ਰਿਤਸਰ ਦਾ ਰਹਿਣ ਵਾਲਾ ਗੁਰਮੀਤ ਸਿੰਘ ਨਾਮੀ ਨੌਜਵਾਨ ਜੋ ਸੋਨੇ ਦਾ ਕੰਮ ਕਰਦਾ ਹੈ। ਇਸ ਨੂੰ ਬਚਪਨ ਤੋਂ ਹੀ ਆਪਣੀ ਜ਼ਿੰਦਗੀ ਵਿੱਚ ਕੁਝ ਵੱਖਰਾ ਕਰਨ ਦੀ ਚਾਹਤ ਸੀ। ਉਸ ਵਿੱਚ ਬਚਪਨ ਤੋਂ ਹੀ ਸੋਨੇ ਦੀਆਂ ਵਸਤਾਂ ਬਣਾਉਣ ਦਾ ਜਜ਼ਬਾ ਸੀ। ਉਸ ਨੇ ਸੋਨੇ ਦੇ ਛੋਟੇ ਛੋਟੇ ਮਾਡਲ ਬਣਾਉਣੇ ਸ਼ੁਰੂ ਕੀਤੇ ਅਤੇ ਇਸ ਸਮੇਂ ਉਸ ਨੇ ਸੋਨੇ ਨਾਲ ਹੀ ਦੀਵਾਲੀ ਦਾ ਇੱਕ ਦੀਵਾ ਬਣਾਇਆ ਜੋ ਸਿਰਫ 1 ਮਿਲੀਮੀਟਰ ਆਕਾਰ ਦਾ ਹੈ। ਗੁਰਮੀਤ ਸਿੰਘ ਨੇ ਹਰਿਮੰਦਰ ਸਾਹਿਬ ਦਾ ਮਾਡਲ ਵੀ ਬਣਾਇਆ ਜੋ 7 ਗ੍ਰਾਮ ਦਾ ਹੈ। ਇਸ ਤੋਂ ਇਲਾਵਾ ਗੁਰਮੀਤ ਨੇ ਸੋਨੇ ਦੀ ਪਾਲਕੀ ਵੀ ਬਣਾਈ ਹੈ ਜੋ ਦੁਨੀਆ ਵਿੱਚ ਸਭ ਤੋਂ ਛੋਟੀ ਹੈ। ਗੁਰਮੀਤ ਸਿੰਘ ਦੇ ਮੁਤਾਬਕ ਉਸ ਨੇ ਜੋ ਸਭ ਤੋਂ ਛੋਟਾ ਦੀਵਾ ਬਣਾਇਆ ਹੈ ਉਹ ਤਕਰੀਬਨ 1 ਮਿੰਟ ਜਗਦਾ ਹੈ। ਉਸ ਨੇ ਦੱਸਿਆ ਕਿ ਇਸ ਨੂੰ ਤਿਆਰ ਕਰਨ ਦੇ ਵਿੱਚ 15 ਦਿਨ ਲੱਗੇ ਨੇ। ਮੇਰਾ ਨਾਮ ਗੁਰਮੀਤ ਸਿੰਘ ਆ। ਹਾਂ ਵੀਰ ਜੀ, ਇੱਦਾਂ ਸੀਗਾ ਕਿ ਅੱਜ ਤੋਂ 8-10 ਸਾਲ ਪਹਿਲਾਂ ਸੁਰਬੀ ਪ੍ਰੋਗਰਾਮ ਚੱਲਦਾ ਸੀਗਾ ਜਲੰਧਰ ਨੈਸ਼ਨਲ 'ਤੇ। ਉਹਦੇ ਕਿਸੇ ਬੰਦੇ ਨੇ ਨਾ ਚੌਲ ਦੇ ਦਾਣੇ ਦੇ ਉੱਪਰ ABC ਲਿਖੀ ਸੀਗੀ। ਉਹ ਮੇਰੇ ਮਨ 'ਚ ਵਿਚਾਰ ਆਇਆ ਕਿ ਜੇ ਉਹ ਚੌਲ ਦੇ ਦਾਣੇ ਦੇ ਉੱਪਰ ਕੁਛ ਨਾ ਕੁਛ ਲਿਖ ਸਕਦਾ ਤਾਂ ਮੈਂ ਵੀ ਛੋਟੀਆਂ ਛੋਟੀ ਕੋਈ ਚੀਜ਼ ਬਣਾਵਾਂ। ਮੇਰੇ ਮਨ 'ਚ ਵਿਚਾਰ ਆਈ ਅਤੇ ਆਹਿਸਤਾ ਆਹਿਸਤਾ ਜਿਵੇਂ ਮਹਾਰਾਜ ਦੀ ਕਿਰਪਾ ਹੋ ਜਾਂਦੀ ਸਾਡੇ 'ਤੇ, ਸਮਾਨ ਬਣਾਉਣਾ ਸ਼ੁਰੂ ਕੀਤਾ ਕਿ ਇਸ ਟਾਈਮ ਜੋ ਮੈਂ ਸਮਾਨ ਬਣਾਇਆ ਨਾ ਉਹ ਵਰਲਡ ਲੈਵਲ ਦੇ ਸਾਰਾ ਛੋਟਾ ਸਮਾਨ ਹੈ। ਸਾਰਾ ਪਹਿਲਾਂ ਮੈਂ ਦਰਬਾਰ ਸਾਹਿਬ ਦਾ ਮਾਡਲ ਬਣਾਇਆ ਸੀਗਾ ਜਿਹਦਾ 7 ਗ੍ਰਾਮ ਵੇਟ ਹੈ।
ਉਹ ਦੁਨੀਆ ਦਾ ਸਾਰਾ ਛੋਟਾ ਮਾਡਲ ਹੈ। ਉਸ ਤੋਂ ਬਾਅਦ ਪਾਲਕੀ ਸਾਹਿਬ ਬਣਾਈ ਸੀਗੀ, ਉਹ ਡੱਬੇ ਤੇਲ ਦੇ ਉੱਪਰ ਆਉਂਦੀ ਹੈ। ਫਿਰ ਪੰਜ ਬਣਾਏ ਸੀ ਮੈਂ ਖੰਡੇ ਬਾਟੇ। ਇਸ ਤੋਂ ਇਲਾਵਾ ਮੈਂ ਦਸਾਂ ਗੁਰਾਂ ਸੰਖੇਪ ਇਤਿਹਾਸ ਲਿਖਿਆ ਸੀਗਾ, ਜਿਹਦਾ ਸਾਈਜ਼ 1/1 ਸੈਂਟੀਮੀਟਰ ਸਾਈਜ਼ ਹੈ। ਵੀਰ ਜੀ ਇੱਦਾਂ ਸੀਗਾ ਕਿ ਜਦੋਂ ਕਲਾਕਾਰ ਹੁੰਦਾ ਨਾ, ਉਹਨੂੰ ਕੋਈ ਨਾ ਕੋਈ ਵੱਖਰਾ ਹੁੰਦਾ ਕਿ ਮੈਨੂੰ ਚੈਲੇਂਜ ਹੋਣਾ ਚਾਹੀਦਾ ਮੇਰੇ ਵੱਲੋਂ। ਅਤੇ ਮੇਰਾ ਅੱਜ ਚੈਲੇਂਜ ਹੈ ਕਿ ਜੋ ਮੈਂ ਦੀਵਾ ਬਣਾ ਦਿੱਤਾ, ਇਸ ਤੋਂ ਛੋਟਾ ਅੱਜ ਤੱਕ ਕਿਸੇ ਨੇ ਦੀਵਾ ਨਹੀਂ ਬਣਾਇਆ। ਅਤੇ ਮੈਂ ਦੁਨੀਆ ਦਾ ਸਾਰਿਆਂ ਨਾਲੋਂ ਛੋਟਾ ਮਾਡਲ ਬਣਾਇਆ, ਸੋਨੇ ਦਾ ਦੀਵਾ ਵਾ ਜਿਸਦਾ ਵੇਟ 20 ਮਿਲੀਗ੍ਰਾਮ ਹੈ ਸਿਰਫ, ਅਤੇ ਪ੍ਰੋਪਰ ਉਹ ਜਗਦਾ। ਦੀਵਾਲੀ ਨੂੰ ਲੈ ਕੇ ਬਣਾਇਆ ਗਿਆ ਵਾ, ਪਰ ਹੈਗਾ ਸੀਗਾ ਕਿ ਦੀਵਾਲੀ ਦੇ ਉੱਪਰ ਇਹ ਮੈਂ ਚੀਜ਼ ਸਾਹਮਣੇ ਉਜਾਗਰ ਕਰਨੀ, ਇਹਨੂੰ ਬਣ ਲੱਗਿਆ ਤਕਰੀਬਨ 15 ਦਿਨ ਲੱਗੇ ਵੀਰ ਜੀ। ਕਿ ਜਿਸ ਟਾਈਮ ਮੈਂ ਬਣਾਉਂਦਾ ਸੀਗਾ ਅਤੇ ਸਾਈਜ਼ ਕਿਤੇ ਵੱਡਾ ਆ ਜਾਣਾ, ਕਿਤੇ ਨੇ ਜਗਣਾ ਨਾ, ਜਿਹੜਾ ਕੰਪਲੀਟ ਹੈ ਮੈਨੂੰ ਪੂਰੇ 15 ਦਿਨ ਲੱਗੇ ਜੀ। ਮੇਰੇ ਤਾਂ ਮਹਾਰਾਜ ਗਿਆ ਹੋਰ ਦੱਸ ਹੈ ਕਿ ਆਉਣ ਦੀ ਦੀਵਾਲੀ ਦੇ ਵਿੱਚ, ਜਿਹੜੀ ਆਉਣੀ ਦੀਵਾਲੀ ਅੱਗੋਂ, ਤਕਰੀਬਨ ਮੈਂ ਇਸ ਤੋਂ 10 ਗੁਣਾ ਛੋਟਾ ਦੀਵਾ ਬਣਾਵਾਂਗਾ ਅਤੇ ਜਿਹੜਾ ਪ੍ਰੋਪਰ ਜਗੇਗਾ। ਇਹ ਤਕਰੀਬਨ ਵੀਰ ਜੀ 40 ਤੋਂ 45 ਸੈਕਿੰਡ ਚੱਲਦਾ। ਹਾਂਜੀ ਦੇਖੋ ਜੀ, ਜੇ ਤਾਂ ਰਿਕਾਰਡ ਵਾਲੇ ਪਾਸੇ ਜਾਈਏ ਅਤੇ ਤਕਰੀਬਨ ਜੋ ਮੈਂ ਸਮਾਨ ਬਣਾਇਆ, ਤਕਰੀਬਨ 8 ਦੇ ਵਿੱਚੋਂ ਮੇਰੀਆਂ ਯਾਨੀ ਕਿ 6 ਚੀਜ਼ਾਂ ਇੱਦਾਂ ਨੇ ਕਿ ਜਿਹੜੀਆਂ ਰਿਕਾਰਡ ਲੈਵਲ ਦੇ ਉੱਪਰ ਆ, ਪਰ ਅਸੀਂ ਮੈਂ ਕੋਈ ਕਿਸ ਚੀਜ਼ ਦੀ ਡਿਮਾਂਡ ਨਹੀਂ ਕਦੀ ਰੱਖੀ ਕਿ ਮੈਂ ਗਿਨਸ ਬੁੱਕ 'ਤੇ ਜਾਵਾਂ ਜਾਂ ਮੈਂ ਲਿਮਕਾ ਬੁੱਕ 'ਤੇ ਜਾਵਾਂ ਕਿ ਖੁਦ ਸਮਾਨ ਬਣਾਈ ਦੇ ਅਤੇ ਆਪਣੀ ਤਸੱਲੀ ਬੋਲਦੇ ਸਾਨੂੰ ਆਪਣੇ। ਗੁਰਮੀਤ ਸਿੰਘ ਨੇ ਹੁਣੇ ਹੁਣੇ ਦੀਵਾਲੀ 'ਤੇ ਸੋਨੇ ਦਾ ਦੀਵਾ ਬਣਾਇਆ ਜੋ ਦੁਨੀਆ ਵਿੱਚ ਹੁਣ ਤੱਕ ਕਿਸੇ ਨੇ ਨਹੀਂ ਸੀ ਬਣਾਇਆ। ਭਵਿੱਖ ਬਾਰੇ ਆਪਣੇ ਦਿਲ ਦੀ ਇੱਛਾ ਸੰਬੰਧੀ ਗੁਰਮੀਤ ਨੇ ਦੱਸਿਆ ਕਿ ਮੈਂ ਜੋ ਸ਼੍ਰੀ ਹਰਿਮੰਦਰ ਸਾਹਿਬ ਦਾ ਮਾਡਲ ਅਤੇ ਪਾਲਕੀ ਬਣਾਈ ਹੈ, ਉਸ ਨੂੰ ਦੁਨੀਆ ਦੇ ਸਭ ਤੋਂ ਵੱਡੇ ਅਜਾਇਬ ਘਰ ਵਿੱਚ ਰੱਖਣਾ ਚਾਹੁੰਦਾ ਹਾਂ ਅਤੇ ਇਸ ਬਣੇ ਹੋਏ ਮਾਡਲ ਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਸਿੱਖ ਅਜਾਇਬ ਘਰ ਦੇ ਵਿੱਚ ਮੈਂ ਰੱਖਣ ਦਾ ਚਾਹਵਾਨ ਵੀ ਹਾਂ। ਤਕਰੀਬਨ ਵੀਰ ਜੀ ਮੇਰੇ ਸਮਾਨ ਦੇ ਉੱਪਰ 150 ਗ੍ਰਾਮ ਗੋਲਡ ਲੱਗ ਚੁੱਕਾ। ਦੇਖੋ ਜਿਵੇਂ ਤੁਸੀਂ ਗੱਲ ਕੀਤੀ ਸੀਗੀ ਲਿਮਕਾ ਬੁੱਕ ਜਾਂ ਗਿਨਸ ਬੁੱਕ, ਕਿ ਮੈਂ ਚਾਹੁੰਦਾ ਸੀਗਾ ਕਿ ਇਹ ਜਿਹੜੇ ਜਿੰਨੀਆਂ ਵੀ ਚੀਜ਼ਾਂ ਮੇਰੀਆਂ ਦਰਬਾਰ ਸਾਹਿਬ ਅਜਾਇਬ ਘਰ 'ਚ ਰੱਖੀਆਂ ਜਾਣ, ਕਿ ਸਿੱਖ ਹੋਣ ਦੇ ਨਾਤੇ ਮੈਂ ਚਾਹੁੰਦਾ ਸੀਗਾ ਕਿ ਜੋ ਮੈਂ ਸਮਾਨ ਬਣਾਇਆ ਸਿੱਖ ਇਤਿਹਾਸ ਨਾਲ ਜੁੜਦਾ ਬਣਾਇਆ ਵਾ। ਜਿਸ ਟਾਈਮ 'ਤੇ ਮੈਂ ਸ਼੍ਰੋਮਣੀ ਕਮੇਟੀ ਵਾਲਿਆਂ ਕੋਲ ਗਿਆ ਕਿ ਭਾਈ ਸਾਹਿਬ ਮੈਂ ਸਮਾਨ ਬਣਾਇਆ, ਮੈਂ ਅਜਾਇਬ ਘਰ 'ਚ ਰੱਖਣਾ ਚਾਹੁੰਦਾ, ਉਹਨਾਂ ਨੇ ਕਿਹਾ ਕਿ ਅੱਜ ਆਓ ਕੱਲ੍ਹ ਆਓ, ਸਿਰਫ ਲਾਰਿਆਂ 'ਚ ਉਹਨਾਂ ਨੇ ਮੈਨੂੰ ਰੱਖਿਆ। ਉੱਥੇ ਮੇਰਾ ਮਨ ਬਹੁਤ ਜ਼ਿਆਦਾ ਟੁੱਟਿਆ ਕਿ ਜਿਸ ਚੀਜ਼ ਵਾਸਤੇ ਮੈਂ ਚੀਜ਼ ਬਣਾਈ ਹੈ ਕਿ ਲੋਕ ਆ ਕੇ ਇਹਨੂੰ ਦੇਖਣ। ਦੇਖੋ ਜਿਹੜੇ ਕਲਾਕਾਰ ਹੁੰਦਾ ਸਿਰਫ ਉਸ ਬੰਦੇ ਨੂੰ ਸਿਰਫ ਸ਼ਾਬਾਸ਼ ਦੀ ਹੁੰਦੀ ਹੈ, ਹੋਰ ਕੁਛ ਨਹੀਂ ਕਿ ਮੈਨੂੰ ਪੈਸਾ ਚਾਹੀਦਾ, ਉਹ ਚੀਜ਼ ਚਾਹੀਦੀ, ਆਹ ਚੀਜ਼ ਚਾਹੀਦੀ, ਕੁਛ ਨਹੀਂ ਕਿ ਸਿਰਫ ਸ਼ਾਬਾਸ਼ ਦੇ ਨਾਲ ਹੀ ਸਹਿ ਹੁੰਦਾ ਸਹਿਮਤ। ਪਰ ਉਹਦੇ 'ਤੇ ਆ ਕੇ ਵੀ ਜਦੋਂ ਉਹਨਾਂ ਨੇ ਕਿਹਾ ਕਿ ਨਹੀਂ ਭਾਈ ਸਾਹਿਬ ਅਸੀਂ ਤੁਹਾਡਾ ਸਮਾਨ ਨਹੀਂ ਰੱਖ ਸਕਦੇ, ਉੱਥੇ ਮੇਰਾ ਮਨ ਬਹੁਤ ਜ਼ਿਆਦਾ ਟੁੱਟਿਆ ਸੀਗਾ ਅਤੇ ਲਿਮਕਾ ਬੁੱਕ ਜਾਂ ਗਿਨਸ ਬੁੱਕ ਵਾਲੇ ਪਾਸੇ ਮੈਂ ਕਦੇ ਵਿਚਾਰ ਹੀ ਨਹੀਂ ਕੀਤਾ। ਦੋਸਤੋ, ਇਹ ਸੀ ਪ੍ਰੋਗਰਾਮ ਸ਼ੌਕ ਆਪੋ ਆਪਣੇ। ਅਸੀਂ ਗੁਰਮੀਤ ਸਿੰਘ ਦੇ ਸ਼ੌਕ ਦੀ ਗੱਲ ਕੀਤੀ ਹੈ। ਅਗਲੇ ਹਫ਼ਤੇ ਕਿਸੇ ਹੋਰ ਸ਼ਖਸ ਦੀ ਗੱਲ ਕਰਾਂਗੇ ਇਸ ਪ੍ਰੋਗਰਾਮ ਦੇ ਤਹਿਤ। ਹੁਣ ਦਿਓ ਸਵਰਨ ਸਿੰਘ ਟੈਣਾ ਨੂੰ ਆਗਿਆ। ਤੁਹਾਡੀ ਬਹੁਤ ਬਹੁਤ ਮਿਹਰਬਾਨੀ।